ਅਸੀਂ ਜੀ ਬਾਘਾ ਪੁਰਾਣਾ ਤੋਂ ਤੁਹਾਨੂੰ ਮਿਲਣਾ ਸੀ ਮੋਗੇ, ਤੁਸੀਂ ਕਹਿੰਦੇ ਅੱਜ ਮੋਗੇ ਤੁਹਾਡਾ ਕੈਂਸਲ ਹੋ ਗਿਆ ਜੀ। ਨਹੀਂ ਜੀ, ਅਸੀਂ ਤੁਹਾਨੂੰ ਉਸ ਰਸਤੇ ਚ ਨੀ ਮਿਲਣਾ, ਰੈਸਟ ਹਾਊਸ ਹੀ ਆ ਗਈ, ਹੁਣ ਆ ਜਾਂਦੇ ਤੁਰ ਪੈਂਦੇ ਜੀ। ਥੋੜੀ ਧਿਆਨ ਨਾਲ ਸੁਣ ਲਓ ਜੀ, ਸਾਨੂੰ ਵਿਰੋਧ ਕਰ ਤਾਂ ਹੀ ਫਾਇਦਾ ਜੀ, ਸਾਡਾ ਹੱਲ ਹੋਊਗਾ ਤਾਂ ਜੀ। ਹੋਰ ਪਤਾ ਕੀ ਹੈ ਜੀ, ਵਿਰੋਧ ਕਰੋਗੇ ਤਾਂ ਹੀ ਹੋਊਗਾ ਨਾ ਹੱਲ, ਪ੍ਰੈਸ਼ਰ ਤਾਂ ਪਾਉਣਾ ਸਾਡੇ ਤੇ, ਪ੍ਰੈਸ਼ਰ ਤੁਹਾਡੇ ਤੇ ਫੁੱਲ ਪਾਈਆਂ ਜੀ। ਅਸੀਂ ਨਾ ਫਿਰ ਵੀ ਤੁਸੀਂ ਜਦ ਕਿਹਾ ਸੀ ਰੈਲੀ ਚ ਨਾ ਕੁਛ ਕਰਿਓ, ਅਸੀਂ ਫਿਰ ਵੀ ਬਹੁਤ ਮੇਰੀ ਗੱਲ ਨਾ, ਤੁਹਾਡਾ ਵਿਰੋਧ ਹੋਵੇ ਨਾ ਹੋਵੇ ਕੇਜਰੀਵਾਲ ਸਾਹਿਬ ਦਾ, ਫੂਲਕੇ ਦਾ ਤੇ ਰੈਲੀ ਜਾਊਂਗੇ, ਰੈਲੀ ਖਰਾਬ ਹੋ ਜੂਗੀ ਆਪਣੀ, ਸਾਰੇ ਇੱਧਰ ਤੋਂ ਚੱਕ ਲੈ ਗਏ ਉਹਨਾਂ ਮੌਕੇ, ਤੁਸੀਂ ਬਾਗੇ ਵਾਲੇ ਚੌਂਕ ਚ ਫੂਕੀ ਚੱਲੋ ਯਾਰ, ਮੈਂ ਕਹਿੰਦਾ ਉਹ ਕਹਿੰਦੇ ਡਾਕੇ ਜਾ ਕੇ ਫੂਕੋ। ਨਹੀਂ ਨਹੀਂ ਬਾਗ ਵਾਲੇ ਚੌਂਕ ਜੀ ਫੂਕੇ ਜੀ, ਅਸੀਂ ਲੋਕਾਂ ਨੂੰ ਬਹੁਤ ਕੰਟਰੋਲ ਕਰਿਆ, ਗੁੱਸਾ ਉਹਨਾਂ ਦਾ ਤੁਸੀਂ ਦੇਖ ਹੀ ਲਿਆ, ਕੱਲ ਕੰਗ ਭਲੂਰੋਂ ਫੇਰ ਭਜਾਇਆ ਬਾਈ, ਬਲੈਕਮੇਲ ਮਾਨ ਸਾਹਿਬ ਤੁਸੀਂ ਹੁਣ ਤੁਹਾਡੇ ਕੋਲ ਬੰਦੇ ਦੋ ਬੈਂਸ ਹੋਣੀ ਹੋਰ ਆ ਗਿਆ ਜੀ, ਤੁਸੀਂ ਅਸੀਂ ਸਿੱਖ ਵਿਰੋਧੀ ਦਾ, ਤੁਸੀਂ ਇਹਨੂੰ ਕਹਿੰਦੇ ਸਾਨੂੰ ਧਮਕੀ ਦਿੰਦਾ ਜੀ ਇਹ, ਤੁਸੀਂ ਹੋਗੇ ਗੁਰਪ੍ਰੀਤ ਘੁੱਗੀ ਹੋਗੇ, ਫੂਲਕੇ ਸਾਹਿਬ ਨੂੰ ਵੱਡਾ ਚਿਹਰਾ ਲਿਆਓ ਜੀ, ਇਹਨੂੰ ਕੈਪਟਨ ਦੇ ਬਰਾਬਰ ਦਿਓ ਸੀਟ, ਤੇ ਗੁਰਵਿੰਦਰ ਕੰਗ ਨੂੰ ਇਹਦੇ ਹਲਕੇ ਚ ਦਓ, ਇਹਨੂੰ ਕਿਆ ਫੇਰ ਪਤਾ ਲੱਗਦਾ ਜੀ ਦੂਜੇ ਹਲਕੇ ਦੀ ਸੀਟ ਜਿਹੜੀ ਕੱਟ ਕੇ, ਮੋਹਾਲੀ ਦਾ ਬੜਾ ਬੋਲਦੇ ਸੀਗੇ, ਹਾਂਜੀ ਹਾਂਜੀ, ਤੇ ਕੈਪਟਨ ਅਮਰਿੰਦਰ ਤੈਨੂੰ ਅਸੀਂ ਚੈਲੰਜ ਕਰਦੇ, ਤੂੰ ਕੁੱਥੇ ਜਾ ਕੇ ਚੈਲੰਜ ਕਰਦਾ ਕੈਪਟਨ ਦੇ ਵਿਰੁੱਧ ਲੜਾ, ਹਾਂਜੀ ਹਾਂਜੀ, ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਨਾ ਜੀ, ਤੁਹਾਨੂੰ ਤਾਂ ਪਾਸੇ ਹਲਕੇ ਚ ਭੇਜਤਾ ਜੀ, ਮਾਨ ਸਾਹਿਬ ਰਿਸਕ ਤੁਹਾਡਾ ਬਹੁਤ ਜ਼ਿਆਦਾ ਵੱਡਾ, ਤੁਸੀਂ ਮੁੱਖ ਮੰਤਰੀ ਦਾਅਵੇਦਾਰ ਤੇ ਸੁਖਬੀਰ ਦੇ ਬਾਦਲ, ਕੋਈ ਸੌਖੀ ਗੱਲ ਨੀ, ਆਪਾਂ ਚੋਣ ਲੜਨੀ ਹੈ, ਠੀਕ ਹੈ ਨਾ, ਨਹੀਂ ਪਤਾ ਹੈ, ਹਾਂਜੀ ਹਾਂਜੀ, ਤੇ ਜਿਵੇਂ ਹੁਣ ਇਹ ਆਪ ਤਾਂ ਆਪਦੇ ਹਲਕੇ ਚ ਰਹੇਗਾ ਜੀ, ਤੇ ਆਪਦੇ ਸਭ ਤੋਂ ਪਹਿਲਾਂ ਲੈ ਲਈ, ਮੈਨੂੰ ਤਾਂ ਦਿਓ ਜੀ, ਹਾਂਜੀ ਉਹ ਗਰੀਬ ਦਾ ਮਾਰਤਾ ਹੱਕ ਆਪਦੇ ਹਲਕੇ ਚ ਰਹੇਗਾ, ਜਿਹੜੀ ਗੱਲ ਇੱਕ ਆਪਦੇ ਹਲਕੇ ਚ ਰਹੇਗਾ ਜੀ, ਇੱਕ ਆਪਦੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸੀ ਜਾਂਦਾ ਜੀ, ਕੱਲ ਨੂੰ ਮੰਨ ਲਾ ਤੁਹਾਡੀ ਤਸਵੀਰ ਨਾ, ਅਸੀਂ ਸਾਡਾ 100% ਚਾਂਸ ਆ ਵੀ ਅਸੀਂ ਤੁਹਾਨੂੰ ਨਹੀਂ ਇੱਥੇ ਜਿਤਾਉਣਾ ਜੀ, ਤੁਹਾਨੂੰ ਕਿੱਥੇ ਮਰਜ਼ੀ ਟਿਕਟ ਮਿਲ ਜੇ ਤਸਵੀਰ ਦੇ ਬਰਾਬਰ, ਤੇ ਜੇ ਮੰਨ ਲਾ ਇਹ ਮਹਾਰਾਜ ਨਾ ਕਰੇ ਜੀ ਕੋਈ, ਫਿਰ ਫੂਲਕਾ ਐਮਸੀ ਬਣ ਸਿੱਧਾ ਬਣੂਗਾ ਸੀ ਐਮ ਜੀ, ਨਾ ਨਾ ਯਾਰ ਭੈਣ ਦੀ ਗੱਲ ਕਰਦਾ ਕੇਜਰੀਵਾਲ ਨੂੰ ਬਾਈ ਜੀ, ਫਿਰ ਤੁਸੀਂ ਯਾਰ ਤੁਸੀਂ ਸੋਚਦੇ ਕਿਉਂ ਨੀ, ਤੁਸੀਂ ਇੱਕ ਸਟੈਂਡ ਲੈ ਲਓ, ਜਨਤਾ ਤੁਹਾਡੇ ਨਾਲ ਨਾ ਖੜੀਏ ਤਾਂ ਤੁਸੀਂ ਯਾਰ ਸਾਨੂੰ ਜਿਹੜਾ ਮਰਜ਼ੀ ਕਰਨਾ, ਜਿੰਨਾ ਵਿਰੋਧ ਵੱਧ ਗਿਆ ਹੋਣਾ ਕਿਤੇ ਨੀ ਹੋਣਾ, ਜੇ ਤੁਸੀਂ ਗੱਲ ਫਿਰ ਵੀ ਸਾਡੀ ਨਾ ਸੁਣੀ ਅਸੀਂ ਫੇਰ ਕੀ ਕਰਾਂਗੇ, ਸਾਨੂੰ ਦੱਸੋ ਤੁਸੀਂ ਯਾਰ, ਕੁਛ ਨੀ ਹੁੰਦਾ, ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਕ੍ਰੋਧ ਕਰੀ ਜਾਓਗੇ ਦੋਨੇ ਡਰ ਗਏ ਹੋਣ, ਡਰੇ ਤਾਂ ਪਏ ਆ ਜੀ, ਡਰੇ ਤਾਂ ਪਏ ਆ, ਹਾਂਜੀ ਉਹ ਤਾਂ ਹੈ, ਦੋਨੇ ਡਰ ਗਏ ਹੋਣ ਤੇ ਹੋ ਜਾਊਗਾ ਕੰਮ, ਮੈਨੂੰ ਲੱਗਦਾ ਮੈਂ ਤੁਹਾਨੂੰ ਮੈਂ ਦੇਖੋ ਮੈਂ ਤਾਂ ਬਈ ਤੁਹਾਨੂੰ ਇੰਨੀ ਛੋਟੀ ਹੋਰ ਕੌਣ ਨੀ ਸਕਦਾ ਬਈ, ਮੈਂ ਨਾ ਵੀ ਸਾਨੂੰ ਤੇਰੇ ਤੋਂ ਤੁਹਾਡੇ ਤੇ ਭਰੋਸਾ ਕਰਕੇ ਅਸੀਂ ਫੋਨ ਲਾਈ ਜਾਂਦੇ ਮਾਨਸਾ ਵਾਰ ਵਾਰ,
ਮੈਂ ਤਾਂ ਮੈਂ ਹੁਣੀ ਹੁਣ ਦੂਜੇ ਮੁੰਡੇ ਨੂੰ ਕਰਕੇ ਹਟਿਆ। ਹਾਂਜੀ ਤੇ ਅਸੀਂ ਅਸੀਂ ਹੁਣ ਤੁਸੀਂ ਦੱਸੋ ਵੀ ਅਸੀਂ ਕੇਜਰੀਵਾਲ ਸਾਨੂੰ ਕਿੱਥੇ ਮਿਲ ਗਿਆ, ਸਾਨੂੰ ਮਾੜਾ ਮੋਟਾ ਉਹਨਾਂ ਕੋਲ ਵੀ ਗੱਲ ਕਰ ਲੈਂਦੇ। ਤੁਸੀਂ ਪਤਾ ਕੀ ਹੈ, ਤੁਸੀਂ ਪਤਾ ਕੀ ਹੈ, ਮੈਨੂੰ ਉਹਨਾਂ ਨੇ ਹੁਣੀ ਤਾਂ ਇਹ ਕਹਿ ਕੇ ਭੇਜਿਆ, ਕਹਿੰਦੇ ਉਹਨਾਂ ਨੂੰ ਇਹ ਕਹਿੰਦੇ ਵੀ ਚਾਹੇ ਦਾਖੇ ਜਾ ਕੇ ਵਿਰੋਧ ਕਰਕੇ ਉਹ ਬਲੈਕ ਮੇਲ ਰਹੇ ਦਾਖੇ, ਦੇਖੋ ਜੀ ਦਾਖੇ ਅਸੀਂ ਪੁਤਲੇ ਫੂਕਣੇ ਇਹਦੇ ਸਾਡੀ ਰੈਲੀ ਹੋਊਗੀ ਕਾਮਯਾਬ, ਵਿਰੋਧ ਕਿਸੇ ਦਾ ਨੀ ਹੋਊਗਾ, ਕੰਗ ਦਾ ਤੇ ਫੋਲ ਕੇ ਦਾ ਇੱਥੇ ਹੋਣਾ ਹੀ ਹੋਣਾ ਜੀ, ਉਹਨਾਂ ਨੂੰ ਬੋਲਣ ਨੀ ਦੇਣਾ ਸਟੇਜ ਤੇ, ਉੱਥੇ ਜਾਂ ਤਾਂ ਖੜੀ ਹੋਊਗੀ ਬਈ ਨੀ ਤੁਹਾਨੂੰ ਪਤਾ ਜੇ ਉਹ ਆਏ ਤਾਂ ਮਜਬੂਰੀ ਸਮਝਦਾ ਨਹੀਂ, ਪਰ ਪਤਾ ਕੀ ਗੱਲ ਸੀ, ਮੈਂ ਬਾਹਾਂ ਖੜੀਆਂ ਕਰਾਉਣਾ ਸੀ ਵੀ ਜਿਹੜੇ ਬਾਘੇ ਪਾਉਣ ਕੰਗ ਨੂੰ ਸਪੋਰਟ ਕਰਦੇ ਆ ਜਾਂ ਜਿਹੜੇ ਹਲਕੇ ਵਲੰਟੀਅਰ ਨੂੰ ਥੋੜਾ ਮਿਲ ਜਾਣਾ। ਪਤਾ ਕੀ ਰਿਜ਼ਲਟ ਤਾਂ ਸਾਨੂੰ ਕਿਹੜਾ ਪਤਾ ਨੀ ਹੈਗਾ, ਫਿਰ ਮਾਨ ਸਾਹਿਬ ਟਾਈਟ ਜਿੱਤੀ ਜਤਾਈ ਕਿਉਂ ਹਾਰਦੇ ਆ ਜੀ ਆਪਾਂ ਹਜੇ ਸਰਕਾਰ ਖੜੀ। ਓਹੋ ਯਾਰ ਤੁਸੀਂ ਕਰੀ ਤਾਂ ਚੱਲੋ, 15 ਦਿਨਾਂ ਬਾਅਦ ਹੋਣਾ ਟਿਕਟ ਬਦਲ ਜੀ ਯਾਰ, ਅਸੀਂ ਤਾਂ ਕਰੀ ਜਾਂਦੇ ਰੁਕੇ ਨੀ ਜੀ, ਤੁਸੀਂ ਅੱਜ ਹੋਣਾ ਯਾਰ ਬਸ। ਮਾਨ ਸਾਹਿਬ ਸਾਡਾ ਜੇ ਫਿਰ ਵੀ ਮਨ ਟੁੱਟ ਗਿਆ ਫਿਰ ਅਸੀਂ ਕੀ ਕਰਾਂਗੇ, ਮੈਂ ਫਿਰ ਓ ਯਾਰ ਮੈਂ ਤੁਹਾਡੇ ਨਾਲ ਆ ਯਾਰ, ਹੋਰ ਮੈਂ ਹੁਣ ਤੈਨੂੰ ਖੀਸ਼ਾ ਉਹਦੇ ਲਿਖ ਕੇ ਦੇਵਾਂ ਪਰਨੋਟ ਤੇ ਮੇਰਾ ਵੀਰ। ਚਲੋ ਠੀਕ ਆ ਜੀ ਕੋਈ ਗੱਲ ਨੀ, ਬਾਹਲਾ ਤੁਹਾਨੂੰ ਮੈਂ ਪ੍ਰੈਸ ਨਹੀਂ ਕਰਦਾ। ਨਹੀਂ ਨਹੀਂ ਪਤਾ ਕੀ ਹੈ, ਉੱਥੇ ਜਾਓ ਦਾਖੇ ਜਾਓ, ਜਾਵਾਂਗੇ ਜਾਵਾਂਗੇ ਬੇਫਿਕਰ, ਸਾਨੂੰ ਰੈਲੀ ਕੱਲ ਦੀ ਬਣਾ ਲੈਂਦਾ ਘੁੱਗੀ ਸਾਹਿਬ ਦਾ ਨੰਬਰ ਹੀ ਦੇ ਦੋ, ਚੱਕਦੇ ਨੀ ਫੋਨ ਹੀ ਨੀ ਚੱਕਦੇ, ਕੀ ਗੱਲ ਉਹ ਵੀ ਇੱਕੋ ਗੱਲ ਹੈ, ਸਾਡੀ ਦੋਨਾਂ ਦੀ ਇੱਕੋ ਗੱਲ ਹੈ ਯਾਰ, ਇੱਕੋ ਗੱਲ ਹੈ ਜੀ, ਫਿਰ ਠੀਕ ਹੈ ਜੀ, ਦੋਵੇਂ ਇੱਕੋ ਗੱਲ ਹੈ ਬਸ, ਨਾਲ ਆ ਤੁਹਾਡੇ ਨਾਲ ਸਾਰੇ, ਮੈਂ ਠੀਕ ਹੈ ਜੀ, ਓਕੇ ਜੀ, ਠੀਕ ਹੈ ਸੰਜੇ ਦੁਰਗੇਸ਼ ਮੈਂ ਘੁੱਗੀ ਅਰਵਿੰਦ ਜੀ, ਫਿਰ ਮਤਲਬ ਤੁਸੀਂ ਇੰਨੇ ਬੰਦੇ ਸਾਡੇ ਨਾਲ ਆ ਤੇ ਤੁਸੀਂ ਟਿਕਟ ਫੇਰ ਨਹੀਂ ਦਵਾ ਸਕੇ ਸਾਨੂੰ, ਇਹ ਵੀ ਗੱਲ ਵੇਖੋ ਗੱਲ ਤਾਂ ਸੁਣੋ ਯਾਰ, ਕੱਟ ਸੁਣੋ, ਪਤਾ ਕੀ ਗੱਲ ਹੈ, ਪਤਾ ਮੈਨੂੰ ਗੱਲ ਸੁਣੋ, ਇੱਕ ਵਾਰੀ ਮਜਬੂਰੀ ਹੈ ਬਾਈ, ਪਤਾ ਕੀ ਹੈ ਬਲੈਕਮੇਲ ਕਰਦੇ ਆ, ਕਹਿੰਦਾ ਉਹ ਪਾਂਚ ਫੁੱਟ ਨਹੀਂ ਕਰ ਸਕਦੀ ਜਿਹੜੀ ਤੂੰ ਕਹਿੰਦਾ ਨਾ, ਉਹ ਧਮਕੀ ਦਿੰਦਾ, ਮੈਂ ਆਪਣਾ ਪ੍ਰੈਸ ਕਾਨਫਰੰਸ ਕਰਕੇ ਕਹੂੰਗਾ ਅਰਵਿੰਦ ਕੇਜਰੀਵਾਲ, ਬਾਕੀ ਸਿੱਖਾਂ ਦੇ ਖਿਲਾਫ ਕੀ ਕਰ ਲਾਂਗੇ ਫਿਰ ਆਪਾਂ, ਕਰ ਲਓਗੇ ਮਾਨ ਜੀ, ਹੁਣ ਕੈਨੇਡਾ ਦੇ ਸਿੱਖਾਂ ਨੂੰ ਪਤਾ ਲੱਗ ਗਿਆ, ਪੰਜਾਬ ਦੇ ਬਾਘਾ ਹਿੱਲ ਗਿਆ, ਪੰਜਾਬ ਦੇ ਮਤਲਬ ਮਾਲ ਦੇ ਸਾਰਿਆਂ ਨੂੰ ਪਤਾ ਲੱਗ ਗਿਆ, ਥੋੜਾ ਜਿਹਾ ਹੋ ਤਾਂ ਲੈਣ ਤੇ, ਹੁਣ ਪਹਿਲਾਂ ਨੀ ਪੀਸ਼ ਨਹੀਂ ਰਹੀ ਹੁੰਦੀ ਤੁਹਾਡੀ ਪਾਰਟੀ ਦੇ, ਕੇਜਰੀਵਾਲ ਕਹਿੰਦਾ ਕੋਈ ਗੱਲ ਨੀ, ਹੁਣ ਕਰ ਵੀ ਲਵੇ ਪ੍ਰੈਸ ਕਾਨਫਰੰਸ ਯਾਰ, ਮੈਂ ਪਾਰਟੀ ਕਿਹੜੀ ਬਰਬਾਦ ਹੋਣ ਜਾਊਂਗਾ। ਹਾਂਜੀ ਹਾਂਜੀ ਚਲੋ ਠੀਕ ਆ ਜੀ, ਮਾਨ ਸਾਹਿਬ ਤੁਹਾਡੇ ਸਿਰ ਤੇ ਆ ਜੀ, ਨਾ ਨਾ ਕਰੋ ਕਰੋ ਡੱਟ ਕੇ ਦੋ, ਮੈਨੂੰ ਸੀਐਮ ਸਾਹਿਬ ਨੇ ਕਿਆ ਕਹਿ ਦੋ ਉਹਨਾਂ ਨੂੰ, ਓਕੇ ਪਰ ਨੈਸ਼ਨਲ ਕਨਵੀਨਰ ਦਾ ਨਾ ਕਰਿਓ, ਉਹਦਾ ਨੀ ਕਰਦੇ ਬੇਫਿਕਰ ਹੋ ਜੇ ਤੁਸੀਂ, ਤੇ ਜੇ ਨਾ ਹੋਇਆ ਤਾਂ ਮੇਰੀ ਤੁਸੀਂ ਤੁਹਾਡੇ ਕੋਲ ਤਾਂ ਫੋਨ ਤੇ ਗੱਲ ਕਰਾ ਦੇ, ਸੁਬਾ ਫੋਨ ਲਾਉਣ ਦੱਸੋ ਕਿੰਨੇ ਵੇਲੇ ਲਾਵਾਂ ਇਹਨੂੰ ਕੇਜਰੀਵਾਲ ਸਾਹਿਬ ਨੂੰ, ਸਰ ਜੋ ਮੈਨੂੰ ਤਾਂ ਕੇਜਰੀਵਾਲ ਸਾਹਿਬ ਨਾਲ, ਕੇਜਰੀਵਾਲ ਸਾਹਿਬ ਨਾਲ ਮੇਰੀ ਗੱਲ ਹੋਊਗੀ, ਦੁਰਗੇਸ਼ ਉੱਥੇ ਬੈਠਾ ਸੀਗਾ, ਹਾਂਜੀ ਠੀਕ ਹੈ, ਘੁੱਗੀ ਹੋਣਾ ਮੇਰੀ ਪਹਿਲਾਂ ਗੱਲ ਹੋਈ ਹੋਈ ਹੈ, ਠੀਕ ਹੈ ਠੀਕ ਹੈ ਨਾ, ਹਾਂਜੀ ਬਲਕਿ ਉਹ ਤਾਂ ਇਹ ਕਹਿੰਦੇ ਸੀ ਦੁਰਗੇਸ਼ ਨੂੰ, ਕਹਿੰਦੇ ਤੂੰ ਬਾਘੇ ਦੀ ਰੈਲੀ ਕਿਉਂ ਰੱਖੀ ਹੈ, ਮੈਂ ਨਹੀਂ ਜਾਣਾ ਚਾਹੁੰਦਾ ਸੀ ਬਾਘੇ ਖਾਣੇ, ਠੀਕ ਹੈ ਜੀ ਟਿਕਟ ਨਿਹਾਲ ਸਿੰਘ ਵਾਲਾ ਟਿਕਟ ਤੇ ਬਹੁਤ ਜਿਆਦਾ।